ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਨਵੇਂ ਬਲੌਗ ਦੇ ਵਿੱਚ। ਅਤੇ ਤੁਹਾਨੂੰ ਜਿੱਦਾਂ ਪਤਾ ਹੈ ਪਹਿਲਾਂ ਬਲੌਗਾਂ 'ਚ ਤੁਸੀਂ ਦੇਖ ਲਿਆ ਮੈਂ ਕਨੇਡਾ ਆ ਗਿਆ ਤਾ, ਅਤੇ ਉਸ ਤੋਂ ਬਾਅਦ ਕੋਈ ਬਲੌਗ ਨਹੀਂ ਆਇਆ ਕਿਉਂਕਿ ਇੱਥੇ ਦਾ ਲਾਈਫ ਸਟਾਈਲ ਥੋੜ੍ਹਾ ਬਿਜ਼ੀ ਹੈ ਤਾਂ ਕਰਕੇ ਕੋਈ ਬਲੌਗ ਨਹੀਂ ਪਾਇਆ ਮੈਂ। ਅਤੇ ਇਹ ਹੈ ਮੇਰਾ ਰੂਮ ਦੇਖ ਲਓ, ਅਤੇ ਬਾਕੀ ਹੁਣ ਅੱਜ ਮੈਂ ਚੱਲਿਆ ਗਰੋਸਰੀ ਕਰਨ, ਇੱਥੇ ਫਸਟ ਟਾਈਮ ਚੱਲਿਆ, ਅਤੇ ਤੁਹਾਨੂੰ ਦੱਸਦੇ ਹਾਂ ਕੀ ਰੇਟ ਚੱਲਦਾ ਇੱਥੇ, ਅਤੇ ਤੁਹਾਨੂੰ ਸੜਕਾਂ ਅਤੇ ਬਾਹਰ ਦਾ ਮਾਹੌਲ ਦਿਖਾਉਂਦੇ ਹਾਂ। ਲਓ ਜੀ ਹੋ ਗਏ ਆਪਾਂ ਰੈਡੀ ਸ਼ੋਪਿੰਗ ਦੇ ਲਈ, ਅਤੇ ਆਪਾਂ ਨੂੰ ਪਹਿਲਾਂ ਬੈਗ ਚਾਹੀਦਾ ਹੁੰਦਾ, ਇੰਡੀਆ ਵਾਲਾ ਕੰਮ ਨਹੀਂ ਹੈਗਾ, ਇੱਥੇ ਲਿਫਾਫੇ ਬੜੇ ਮਹਿੰਗੇ ਆ। ਲਓ ਜੀ ਚੈੱਕ ਕਰੋ, ਅਤੇ ਆਪਾਂ ਹੁਣ ਚੱਲਦੇ ਸ਼ੋਪਿੰਗ ਲਈ। ਚਲੋ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਕੀ ਇੱਥੇ ਸਿਸਟਮ ਹੈ, ਚਲੋ ਬਣੇ ਰਹੋ ਵੀਡੀਓ ਦੇ ਵਿੱਚ। ਲਓ ਜੀ ਚੈੱਕ ਕਰੋ ਵੈਦਰ ਇੱਥੇ ਦਾ, ਅੱਜ ਮੌਸਮ ਵਧੀਆ ਹੈ, ਨਹੀਂ ਤਾਂ ਇੱਥੇ ਜ਼ਿਆਦਾਤਰ ਮੀਂਹ ਪੈਂਦਾ, ਸਰੀ ਵਿੱਚ ਮੈਂ ਰਹਿ ਰਿਹਾ। ਅਤੇ ਦੇਖੋ ਚੈੱਕ ਕਰੋ ਕਿੱਦਾਂ ਦਾ ਇੱਧਰ ਹਿਸਾਬ ਕਿਤਾਬ ਹੈ, ਦੇਖੋ ਬੱਦਲਾਂ, ਇਹ ਬੱਦਲਾਂ ਦਾ ਹੀ ਮੁੱਲ ਹੈ ਇੱਥੇ। ਬਾਕੀ ਦੇਖੋ ਬੂਟੇ ਇੱਧਰ ਜਿਹੜੇ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੁੰਦੇ, ਬਾਕੀ ਪੱਤੇ ਦੇਖੋ ਆ ਕਿੱਦਾਂ ਖਿਲ ਰਹੇ ਵੀ ਜਿਹੜੇ ਆ। ਅਤੇ ਆਹ ਆਪਣਾ ਘਰ ਹੈ ਜਿੱਥੇ ਮੈਂ ਰਹਿ ਰਿਹਾ। ਚਲੋ ਚੱਲਦੇ ਹਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਇੱਥੋਂ ਦਾ ਸਿਸਟਮ। ਅਤੇ ਇੱਥੇ ਗਾਰਬੇਜ ਬਾਹਰ ਰੱਖ ਦਿੰਦੇ ਅਤੇ ਚੱਕ ਕੇ ਲੈ ਜਾਂਦੇ ਕੂੜੇ ਵਾਲੇ। ਅਤੇ ਬਾਕੀ ਇਹ ਸਿਸਟਮ ਹੈ ਇੱਧਰ, ਦੇਖੋ ਹੋਰ ਸੜਕਾਂ ਦੇਖੋ ਘਰ ਇੱਧਰ ਕਿੱਦਾਂ ਦੇ ਆ, ਚੱਕੋ ਜੀ ਵੈਗਨਾਂ ਤਾਂ ਘੁੰਮਦੀਆਂ ਇੱਥੇ। ਬਾਕੀ ਸਾਰੇ ਇੱਦਾਂ ਕੰਮ ਕਰ ਲੱਗੇ ਵੀ ਇੱਥੇ, ਬਿਜ਼ੀ ਸ਼ਡਿਊਲ ਆ ਸਾਰਿਆਂ ਦਾ। ਦੇਖੋ ਇੱਦਾਂ ਦੇ ਘਰ ਆ ਇੱਧਰ, ਬਾਕੀ ਆਪਣਾ ਘਰ ਹੈ। ਅਤੇ ਇੱਧਰ ਨਾਲ ਹੀ ਆਪਣਾ ਰੋਟੀ ਖਾਨਾ ਸਟੋਰ ਆ, ਮੈਂ ਉੱਥੋਂ ਚੱਲ ਜਾਂਦਾ ਫਿਰ, ਮੈਂ ਕਿਹਾ ਚਲੋ ਪੈਦਲ ਹੀ ਚੱਲਦੇ ਹਾਂ, 500 ਮੀਟਰ ਦੂਰ ਹੈ, ਨਾਲੇ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਦੀਆਂ ਸੜਕਾਂ ਮਾਹੌਲ। ਚਲੋ ਅੰਕਲ ਲੱਗਿਆ ਉੱਧਰ ਸਾਫ਼ ਸਫਾਈ ਕਰਨ, ਦੇਖੋ ਇੱਦਾਂ ਇੱਥੇ ਲੋਕ ਆਪਣੇ ਘਰਾਂ ਸਾਫ਼ ਕਰਦੇ ਬਲੌਰ ਨਾਲ। ਚਲੋ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਰਸਤੇ ਦੇ ਵਿੱਚ ਜੇ ਕੋਈ ਦਿਖਾਉਣ ਵਾਲੀ ਚੀਜ਼ ਹੋਈ। ਦੇਖੋ ਇੱਦਾਂ ਦੇ ਘਰ ਆ ਇੱਧਰ, ਸਿਸਟਮ ਸਾਰੇ ਲੱਗੇ ਵੇ ਗੋਰੇ ਗੂਰੇ ਕੰਮ ਕਰਨ। ਇਹ ਦੇਖੋ ਬਾਹਰ ਲੋਕ ਇੱਦਾਂ ਸਾਈਕਲੀਆਂ ਰੱਖ ਦਿੰਦੇ ਆਪਣੇ ਬੱਚਿਆਂ ਵਾਸਤੇ, ਅਤੇ ਫ੍ਰੀ ਸਾਈਕਲੀਆਂ ਆਉਂਦੀਆਂ, ਲੋਕ ਲੈ ਜਾਂਦੇ ਚੱਕ ਕੇ ਸਮਾਨ ਇੱਥੋਂ। ਅਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਮਾਹੌਲ ਇੱਧਰ ਘਰਾਂ ਘੁਰਾਂ ਦਾ, ਦੇਖੋ ਝੰਡੇ ਲਾਏ ਵੇ ਲੋਕਾਂ ਨੇ ਇੱਧਰ, ਫਲੈਗ ਝੂਰ ਰਹੇ। ਅਤੇ ਅੱਜ ਮੌਸਮ ਹੀ ਬੜਾ ਘੈਂਟ ਹੋਇਆ, ਬਸ ਸਨੀ ਵੈਦਰ ਹੈ। ਦੇਖੋ ਘਰ ਇੱਧਰ ਕਨੇਡਾ ਦੇ, ਲੋਕਾਂ ਨੇ ਪਿੱਕੇ ਬਹੁਤ ਰੱਖੇ ਵੀ ਇੱਥੇ ਕਿਉਂਕਿ ਕੰਮ ਕੁੰਮ ਵਾਸਤੇ ਦੋਨੇ ਕੰਮ ਸਾਰੀ ਜਾਂਦੇ, ਹਰੇਕ ਘਰ ਪਿੱਕਾ ਮਿਲ ਜਾਊਂਗਾ ਤੁਹਾਨੂੰ ਖੜਾ। ਬਾਕੀ ਤੁਹਾਨੂੰ ਕੰਮ ਦੀ ਵੀਡੀਓ ਵੀ ਦਿਖਾਵਾਂਗੇ ਕਿਹੜਾ ਕੰਮ ਕਰ ਰਿਹਾ ਮੈਂ। ਲਓ ਵੀ ਚੈੱਕ ਕਰੋ, ਜੀਪਾਂ ਜੂਪਾਂ ਬਹੁਤ ਰੱਖੀਆਂ ਵਾ ਇੱਧਰ, ਪੰਜਾਬੀ ਵਾਧੂ ਹੈ। ਬਾਕੀ ਇੱਦਾਂ ਦੀਆਂ ਗੋਰੀਆਂ ਰੱਖੀਆਂ ਵਾ, ਕੈਂਪਿੰਗ ਵਾਲੀਆਂ ਗੱਡੀਆਂ ਸਾਰਿਆਂ ਨੇ, ਅਤੇ ਕੈਂਪਰਾਂ ਚੱਲ ਜਾਂਦੇ ਆਪਾਂ, ਜਿੱਦਾਂ ਵੀਕਐਂਡ ਹੁੰਦਾ ਉੱਦਣੇ ਨੜ ਜਾਂਦੇ ਗੋਰੇ ਗੂਰੇ ਤਾਂ, ਆਪਣੇ ਪੰਜਾਬੀ ਤਾਂ ਲੱਗੇ ਰਹਿੰਦੇ ਕੰਮ ਕੁੰਮ ਕਰਨ। ਦੇਖੋ ਬਾਕੀ ਸਿਸਟਮ ਦੇਖੋ ਕਿੰਨਾ ਘੈਂਟ ਘਰ ਬਣਾਇਆ ਵਾ। ਇੱਧਰ ਦੇਖੋ ਗੱਡੀ ਟੈਕਸੀਆਂ ਦੇਖ ਲਓ ਇੱਧਰ ਦੀਆਂ, ਉਹ ਦੇਖੋ ਗੱਡੀ ਗੜੀ ਗੜੀ ਘੈਂਟ ਗੜੀ ਬੜੀ ਹੱਥ ਲੱਗ ਰਹੀ। ਮੈਂ ਕਿਹਾ ਮੁੰਡੇ ਕਾਫੀ ਦਿਨ ਦੇ ਡਿਮਾਂਡ ਕਰੀ ਜਾਂਦੇ, ਬਲੌਗ ਨਹੀਂ ਪਾਇਆ, ਫਿਰ ਚਲੋ ਮੈਂ ਕਿਹਾ ਬਲੌਗ ਪਾਉਂਦੇ ਹਾਂ ਅੱਜ। ਦੇਖੋ 2 ਸੀਟਰ ਗੱਡੀ ਪੋਰਸ਼, ਬਾਕੀ ਗੱਡੀਆਂ ਗੁੱਡੀਆਂ ਦਾ ਇੱਥੇ ਵਾਧੂ ਬ੍ਰਾਂਡ ਹੈ, ਇੱਕ ਤੇ ਇੱਕ ਉੱਪਰ ਗੱਡੀ ਹੈ ਇੱਥੇ। ਦੇਖੋ ਚਲੋ ਬਾਕੀ ਹੁਣ ਤੁਹਾਨੂੰ ਕਿੰਨਾ ਕੁ ਦਿਖਾਈ ਜਾਵਾਂ, ਹੋਰ ਵੀਡੀਓ ਤੁਹਾਨੂੰ ਦਿਖਾਵਾਂਗੇ, ਵੀਡੀਓ ਬਹੁਤ ਬੜੀ ਹੋ ਜਾਣੀ। ਉਹ ਸਾਹਮਣੇ ਇੱਕ ਗੱਡੀ ਖੜ੍ਹੀ, ਉਹ ਤੁਹਾਨੂੰ ਦਿਖਾਉਂਦੇ ਹਾਂ, ਬੜੀ ਘੈਂਟ ਹੈ, ਓਲਡ ਸਕੂਲ ਕਾਰ ਹੈ, ਤੁਹਾਨੂੰ ਦਿਖਾਉਂਦੇ ਹਾਂ ਕੋਲ ਜਾ ਕੇ। ਦੇਖੋ ਬਾਬੇ ਗੱਡੀ ਅੱਤ ਹੈ ਪੂਰੀ ਕਲਾਸਿਕ, ਕੰਟੈਸਾ ਆਪਣੇ ਏਰੀਆ 'ਚ ਉਸ ਹਿਸਾਬ ਦੀ ਗੱਡੀ ਹੈ, ਬਾਹਲੀ ਅੱਤ ਬਣਾਈ ਜੀ। ਬਾਕੀ ਪਿੱਕੇ ਪੁੱਕੇ ਤਾਂ ਤੁਹਾਨੂੰ ਦੱਸੇ, ਜਿੱਦਾਂ ਵਾਧੂ ਹਰੇਕ ਨੇ ਪਿੱਕਾ ਰੱਖਿਆ ਵਾ ਇੱਥੇ, ਖੋੜ ਦਾ ਪਿੱਕਾ। ਕਿ ਮੇਰੇ ਫੋਨ ਦਾ ਥੋੜ੍ਹਾ ਕੈਮਰਾ ਹਿੱਲੀ ਜਾਂਦਾ, ਇਹ 'ਚ ਕੋਈ ਪ੍ਰੋਬਲਮ ਆ ਗਈ ਵੀ, ਚਲੋ ਫੋਨ ਚੇਂਜ ਕਰਾਂਗੇ ਹੌਲੀ ਹੌਲੀ। ਅਤੇ ਬਾਕੀ ਇਹ ਦੇਖੋ ਪਿੱਕੇ ਅੱਤ ਬਣਾਏ ਵੇ ਹਰੇਕ ਨੇ, ਦੇਖੋ ਤੁਹਾਨੂੰ ਕਿਹਾ ਸੀ ਹਰੇਕ ਘਰ 'ਚ ਪਿੱਕੇ ਖੜ੍ਹੇ, ਉਹ ਦੇਖੋ 2 ਪਿੱਕੇ ਉੱਧਰ ਖੜ੍ਹੇ। ਦੇਖੋ ਬਿਊਟੀ ਘਰ,
देखो इदा दे महल बनाए थे घर, पर है सब लकड़ी दे घर इत्थे। वो भी थोन दिखाऊंगा वीडियो जितों असं काम कर जाते उत्थे, घर घर थोन दिखावा कि बनते इधर दे। चलो थोनू बाकी हम पुजने वाला मैं उत्थे थोन दिखाना ड्यूटी करना स्टोर के किदा ग्रोसरी का रेट है। तो भी हाईवे से पुज गए आप, स्टोर अपना पुज चले फ्रूटी करना स्टोर। वो बाकी इतने देखो गड्डिया रोड डिसिप्लिन बहुत है इतने, पूरा लोग फॉलो करते रूल एंड रेगुलेशन चेक करो। बाकी स्टोर फ्रूटी करना लो जी पुज गए आप स्टोर पर, इसे थोड़ा दिखाने इतने अंदर का की सिस्टम है। लो जी चेक करो रेट रूट इतने, लो जी चेक करो स्टार्टिंग में भी जी बिस्कुट है लगे हुए $6 का। बाकी इधर बादाम काजू सारा समान हरेक मिल जाता इतने, फ्रूटी करना इतने इधर समान। बाकी चलो थोड़ा मैं हूँ माने को समान खरीद लवान फिर बना वीडियो कि इधर मसाले सारे मिल जाते। चेक करो लाल मिर्चा ਕਿੰਨਾ ਬੰਦਾ, ਲਾਲ ਮਿਰਚਾਂ ਦਾ $3 ਬੰਦਾ। ਬਾਕੀ ਕਾਲੀ ਮਿਰਚ ਹਰੇਕ, ਬਾਕੀ ਚੀਜ਼ਾਂ ਹੈਗੀਆਂ ਇੱਥੇ ਸਾਰੇ ਮਸਾਲੇ। ਰੇਟ ਦੇਖੀ ਰੁਕੀ ਬਾਕੀ ਬਾਕੀ ਆਪਾਂ ਰਹਿੰਦੇ ਹਾਂ ਦੁੱਧ। ਬਾਕੀ ਜੋ ਫਰੀ ਚੀਜ਼ਾਂ ਪਈਆਂ ਸਾਰੀਆਂ ਖਾਣ ਦੀਆਂ ਨਹੀਂ ਪਏ, $11 ਵੀ ਲੱਗ ਪਾ। $4 चल इधर फ्रीज चीजा टूड इधर। चलो लेंदा हूँ मैं बाद चुनाव दिखाना जिन्ना की दिखा सकता। लो जी देखो इधर ब्रेड ब्रुड रोटियां, बाकी इधर बड़िया बुड़िया सारा समान। बाकी कढ़ाई कढ़ूई है चिमली है मसाले भांडे भूडे। लो जी अचार आ गए इधर, हरेक तरह का अचार मिल जाता इतने सारा खाने। चटनी मिल जानी अंब की, सारा कुछ हरेक चीज़ मिल ही जाती। शहद शूद इधर पे। लो जी शॉपिंग हो गई डन, ये स्टोर तो। बाकी थोनू हूँ घर ही जगह दिखा रहे की प्राइस लगे कि क्या सिस्टम है। तो अभी तो खाने जोगा ही लियाई समान, बाकी का आप टिफिन लगाया वा मैं। बाकी दुध दही लटरम पटरम जाना खाण पीन उ लेगा। चलो बाकी थोन दिखा लिया घर जाकर। लो जी फाइनली पुज गए घर, तो वेट बहुत ही 20-30 किलो वजन हो गया सीगा, बड़ा जोर लग्या। चलो कोई नहीं हजार धक्के है ले लावे थोड़ी हौली करके गड्डी, फिर बस नज़ारे है। चलो जाके थोड़ा समान रखता। लो भाई पुज गए कमरे च, हाँ बस हो गई। लो थोन दिखा लिया कि आ समान आया सारा $50 का, 3000 का यानी इंडिया का। देखो कि समान है, महंगाई तो हैगी पर इतने के हिसाब ना सोचिए तो कुछ नहीं है। चलो थोड़ा दिखाता हूँ कि समान लेके आया। लो भी चेक करो एक लिया आपने खंड का कट्टा चीरिया अचार लिया, क्योंकि अचार बंदा खा लेना। चलो माड़ी मोटी सब्जी ना बचा लगे आप। लिया एक पनीर लिया चिली पनीर वाइट्स, तो मटरी का डब्बा लिया, दुध दही बाकी मिर्च मसाला प्याज लिया। बाकी चलो समान आप मैं टिफिन लवाया वा, रोटी रुटी अपना उ खाई दी। चलो बाकी ये चीज़ा भी खा ली दियाँ, तो सेब सूब तो इन्ना के समान देखो $50 का आया। चलो यज मैं तो इन्नी की ग्रोसरी की। बाकी थोनू जे वीडियो वधिया लगी तो लाइक शेयर कमेंट कर दियो, तो थोनू अगे दी वीडियो हूँ
ਦਿਖਾਵਾਂਗੇ ਕਿ ਇੱਦਾਂ ਦਾ ਵਿਊ ਹੈ ਇੱਥੇ ਅਤੇ ਕੀ ਹਿਸਾਬ ਕਿਤਾਬ ਹੈ ਅਤੇ ਇਹ ਕਮਰੇ ਦਾ ਮੇਰੇ ਦਾ ਵਿਊ। ਚਲੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।